ਅਸਲਾਮ ਵਾਲੇਕਮ ਜੀ ਦੋਸਤੋ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ خدمت ਵਿੱਚ ਹਾਜ਼ਰ ਹੋਏ ਆਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਨੀ ਹੈ ਜੀ ਬਚਪਨ ਦੇ ਬਾਰੇ ਦੇ ਵਿੱਚ ਸਹੀ ਹੈ ਜੀ ਆਪਣੇ ਬਚਪਨ ਦੇ ਕਿ ਬੜਾ ਸੋਹਣਾ ਬਚਪਨ ਸੀ ਠੀਕ ਹੈ ਜੀ ਸੁਹਾਨਾ ਬਚਪਨ ਸੀ ਠੀਕ ਹੈ ਈਦਾਂ ਮਨਾਣੀਆਂ ਸ਼ਵਰਾਤਾ ਮਨਾਣੀਆਂ ਤੇ ਬਾਹਰ ਜਨਾਬ ਜਾ ਕੇ ਡੇਰੇਆਂ ਛੇਰਿਆਂ ਵੱਲ ਦਰਖਤਾਂ ਤੇ ਪੀਂਗਾ ਪਾਣੀਆਂ ਊਟੇ ਲੈਣੇ ਹੈ ਬੜੀਆਂ ਰੌਣਕਾਂ ਹੁੰਦੀਆਂ ਆ ਜੀ ਕਿਨ ਮੰਨੋ ਸਹੀ ਜੀ ਹੋਣ ਤੇ ਉਹ ਗੱਲਾਂ ਹੀ ਨਹੀਂ ਰਹਿ ਗਈਆਂ ਨਾ ਬਾਕੀ ਵੇਖੀਦਾ ਜੀ ਅੱਧਰ ਆਪਣਾ ਫੈਸਲਾਬਾ ਸਰਗੋਦੇ ਵਾਲੀ ਸਾਈਡ ਤੇ ਨਾ ਕੁਝ ਇਹ ਇਲਾਕੇ ਸਾਡੇ ਪੰਜਾਬ ਵਿੱਚ ਐਸੇ ਐਨ ਨੇ ਜਿੱਥੇ ਅੱਜ ਤੱਕ ਟਗਿਆਂ ਨਾਲ ਜ਼ਮੀਨ ਵਾਈ ਜਾਂਦੀ ਹੈ ਜੀ ਠੀਕ ਹੈ ਤੇ ਕੱਚੇ ਮਕਾਨ ਵੀ ਵੇਖਣ ਨੂੰ ਲੱਭ ਜਾਂਦੇ ਨੇ ਇਧਰ ਸਾਡੇ ਅਜ਼ੀਲਾ ਗੁਜਰਾਤ ਵਾਲੀ ਸਾਈਡ ਤੇ ਉਹ ਗੱਲਾਂ ਕੋਈ ਨਹੀਂ ਰਹਿ ਗਈਆਂ ਲੋਕ ਤਰਕੀਆਂ ਕਰ ਗਏ 12 ਜਟੋਰ ਗਏ ਕੋਠੀਆਂ ਕਾਰਾਂ ਬਣ ਗਈਆਂ ਹਾਂਜੀ ਉਹ ਦੇਸੀ ਮਾਹੌਲ ਨੂੰ ਬੜਾ ਮਿਸ ਕਰੀਦਾ ਜੀ ਸ਼ਬਰਾਤਾਂ ਤੇ ਉਹ ਆਵਾਜ਼ ਲਾਣੀਆਂ ਉਹ ਜਿਹੜੀ ਸ਼ੂ ਕਰਕੇ ਪਤਾ ਜਾਂਦੀ ਸ਼ੁਰਲੀ ਜੀ ਠੀਕ ਹੈ ਜੀ ਕੰਦੀ ਪਟਾਕੇ ਤੇ ਮਾਚਸ ਬੰਬ ਹੈ ਤੇ ਕੀ ਕਰਨਾ ਜਨਾਬ ਜੂਸ ਵਾਲਾ ਡੱਬਾ ਲੈਣਾ ਤੇ ਜਿਸਰੇ ਉਹਨੇ ਹਾਲੀ ਹੋ ਜਾਣਾ ਉਹਦੇ ਵਿੱਚ ਭਰਣੀ ਵਾਹ ਫਿਰ ਜਨਾਬ ਉਹਦੇ ਉੱਤੇ ਮਾਰਨਾ ਪੈਰ ਤੇ ਠਾਉਣੀ ਹੁਣ ਕਿੱਥੇ ਔਰੋਂ ਕਰ ਰਹੀਆਂ ਹੈ ਹੈ ਹੁਣ ਦੂਰ ਤਰੱਕੀ ਕਰ ਗਿਆ ਹੁਣ ਹੈ ਜਨਾਬ ਆ ਗਈ ਪਾਣੀ ਵਾਲੀ ਬੋਤਲ ਠੀਕ ਹੈ ਜੀ ਹੁਣ ਐਂ ਠਾਉਂਦੀ ਹੈ ਠੀਕ ਹੈ ਜਨਾਬ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ